फेयर एंड स्क्वायर ਤੇ ਤੁਹਾਡਾ ਸਵਾਗਤ ਹੈ ਸਾਡੇ ਅੱਜ ਦੇ ਮਹਿਮਾਨ ਨੇ ਪੂਰਵ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਵੈਲਕਮ ਔਨ ਫੇਅਰ ਐਂਡ ਸਕੁਆਇਰ ਮਿਸਟਰ ਬਾਂਸਲ ਥੈਂਕ ਯੂ ਤੁਹਾਡੀ ਚੰਡੀਗੜ੍ਹ ਵਿੱਚ ਨੋਮੀਨੇਸ਼ਨ ਨੂੰ ਲੈ ਕੇ ਕੁਝ ਵਿਵਾਦ ਹੋਇਆ ਸੀਗਾ ਤੁਹਾਡੀ ਇਨਫੈਕਟ ਹਾਈ ਕਮਾਂਡ ਨੇ ਡਿਲੇ ਵੀ ਕਰਤੀ ਸੀ ਤੁਹਾਡੀ ਨੋਮੀਨੇਸ਼ਨ ਚੰਡੀਗੜ੍ਹ ਵਿੱਚ ਇਹ ਕੁਝ ਇੰਟਰਨਲ ਕਾਂਗਰਸ ਪੋਲਿਟਿਕਸ ਕਰਕੇ ਹੋਇਆ ਕਿ ਜਿਹੜਾ ਤੁਹਾਡੇ ਤੇ रेल गेट दाइक इशू बनया ਹੋਇਆ ਸੀਗਾ ਉਹਦੇ ਕਰਕੇ ਕਾਂਗਰਸ ਨੇ ਰੀਕਨਸਿਡਰ ਹੋਦੋਂ ਕੀਤੀ ਸੀ ਨਾ ਵਿਵਾਦ ਸੀ ਨਾ ਲੇਟ ਹੋਇਆ ਹੈ ਹਲੇ ਤੱਕ ਵੀ ਲਿਸਟ ਆ ਰਹੀਆਂ ਨੇ ਪਹਿਲੀ ਲਿਸਟ ਤੋਂ ਬਾਅਦ ਸੈਕੰਡ ਲਿਸਟ ਜਿਹੜੀ 13 ਤਰੀਕ ਨੂੰ ਆਈ ਸੀ ਉਹਦੇ ਵਿੱਚ ਮੇਰਾ ਨਾਮ ਸੀ ਬਾਹਰ ਜ਼ਰੂਰ ਅਟਕਲਾਂ ਅਲੱਗ-ਅਲੱਗ ਤਰ੍ਹਾਂੀਆਂ ਲਗਾਈਆਂ ਜਾਂਦੀਆਂ ਨੇ ਅਤੇ ਰੇਲ ਦਾ ਜਿਸ ਦਾ ਤੁਸੀਂ ਜ਼ਿਕਰ ਕੀਤਾ ਹੈ ਵੇ ਲਾਈ ਪਰਸਨਲੀ ਫੀਲ ਦੈਟ ਇਟਸ ਨਾਟ ਅ ਚੈਰੀਟੇਬਲ वे टू रियली टेल अ पर्सन दैट इट वाज अ रियल गेट मैटर बट फिर भी मैं ਦੱਸਣਾ ਚਾਹੁੰਦਾ ਹਾਂ ਕਿ ਇੱਕ ਇਸ਼ੂ ਲੋਕਾਂ ਨੇ ਬਣਾਈ ਰੱਖਿਆ ਬਹੁਤ ਸਮੇਂ ਤੇ ਐਂਡ ਮੈਨੋ ਮੈਂ ਤਨਵਾਦੀਆਂ ਤੁਹਾਡਾ ਕਿ ਤੁਸੀਂ ਪਹਿਲੇ ਕੁਐਸਚਨ ਦੇ ਵਿੱਚ ਉਹਦੀ ਗੱਲ ਕੀਤੀ ਮੈਂ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਸ਼ੁਰੂ ਦੇ ਵਿੱਚ ਹੀ ਕਿ ਜਦ ਇਹ ਵਾਕਿਆਤ ਹੋਇਆ ਉਸ ਵਕਤ ਤਾਂ ਸ਼ਾਇਦ ਕਿਉਂਕਿ ਕੋਈ ਵੀ ਚੀਜ਼ ਅਖਬਾਰਾਂ ਦੇ ਵਿੱਚ ਆ ਗਈ ਮੀਡੀਆ ਦੇ ਵਿੱਚ ਆ ਗਈ ਲੋਕ ਸਮਝਦੇ ਨੇ ਸਹੀ ਹੈ ਪੋਲੀਟੀਸ਼ੀਅਨ ਦੇ ਪ੍ਰਤੀ ਕੁਝ ਵੀ ਕਹਿ ਦਿੱਤਾ ਜਾਵੇ ਕੋਦਮ ਲੱਗਦਾ ਹੈ ਉਹ ਸੱਚ ਹੈ ਅਤੇ ਇੱਕ ਸਾਡਾ ਸਾਰਿਆਂ ਦਾ ਇੱਕ ਉਹ ਇੱਕ ਆਦਤ ਵੀ ਬਣ ਗਈ ਹੈ ਫਿਟਿਸ਼ ਵਿਦ ਅਸ ਕਿ ਅਸੀਂ ਨਾਲ ਦੀ ਨਾਲ ਕਿਸੇ ਗੱਲ ਤੋਂ ਅਸੀਂ ਜਿਹੜੇ ਡਿਊ ਪ੍ਰੋਸੈਸਸ ਹੁੰਦੇ ਨੇ ਕਾਨੂੰਨੀ ਉਹਨਾਂ ਦਾ ਇੰਤਜ਼ਾਰ ਨਹੀਂ ਕਰਦੇ ਅਸੀਂ ਨਾਲ ਦੀ ਨਾਲ ਆਪਣੇ ਕੈਂਗਰੂ ਕੋਰਟ ਦੇ ذریعے ਪ੍ਰੀਜ਼ੰਪਟਿਵ ਗਿਲਟ ਦਾ ਫੈਸਲਾ ਸੁਣਾ ਦਿੰਦੇ ਹਾਂ ਮੈਂ ਸਮਝਦਾ ਮੈਂ ਉਸ ਚੀਜ਼ ਦਾ ਸ਼ਿਕਾਰ ਹੋਇਆ ਪਰ ਮੈਂ ਸ਼ੁਰੂ ਦੇ ਵਿੱਚ ਨਹੀਂ ਸੀ ਬੋਲ ਸਕਦਾ ਕਿਉਂਕਿ ਮੈਂ ਇੱਕੋ ਹੀ ਦੋ ਸੈਂਟੈਂਸਸ ਦੇ ਵਿੱਚ ਆਪਣਾ ਜਵਾਬ ਦਿੱਤਾ ਸੀ ਕਿ ਮੇਰਾ ਇਹ ਸਾਰੇ ਇਨਸੀਡੈਂਟ ਨਾਲ ਕੋਈ ਤਾਲੁਕ ਨਹੀਂ ਮੈਂ ਆਪਣਾ ਕੰਮ ਆਪਣੀ ਜਗ੍ਹਾ ਤੇ ਇਮਾਨਦਾਰੀ ਨਾਲ ਕਰਦਾ ਰਿਹਾ ਹਾਂ ਤੇ 40 ਸਾਲਾਂ ਦੇ ਲੰਬੇ ਪਬਲਿਕ ਇੱਕ ਆਪਣੀ ਲਾਈਫ ਦੇ ਵਿੱਚ ਇਹ ਆਪਣੀ ਇੱਕ ਰੈਪਿਊਟੇਸ਼ਨ ਸਿਜੂਸਲੀ ਬਿਲਡ ਅਪ ਕੀਤੀ ਹੈ ਪਰ ਉਹ ਗੱਲ ਸਹੀ ਮੈਨੇਜ ਨਹੀਂ ਮੰਨੀ ਜਾਂਦੀ ਪਰਸਪੈਕਸ਼ਨ ਨਹੀਂ ਮੰਨੀ ਜਾ ਸਕਦੀ ਨਹੀਂ ਪਰਸਪੈਕਸ਼ਨ ਵੀ ਨਹੀਂ ਚਾਹੀਦੀ ਮੈਂ ਤਾਂ ਪਰਸਪੈਕਸ਼ਨ ਦਾ ਚੰਡੀਗੜ੍ਹ ਵਿੱਚ ਅੱਜ ਕੀ ਹੈ ਲੋਕਾਂ ਦਾ ਤੁਸੀਂ ਉਹ ਵੇਖੋਗੇ ਪਰ ਜਿਹੜੀ ਗੱਲ ਸੀ ਉਨੀ ਦੇਰ ਮੈਂ ਸਮਝਦਾ ਸਾਂ ਕਿ ਸਹੀ ਹੈ ਚਲੋ ਅਗਰ ਲੋਕ ਕਹਿ ਰਹੇ ਨੇ ਪਰ ਜਦੋਂ 2 ਮਹੀਨਿਆਂ ਦੇ ਬਾਅਦ ਇੱਕ ਮਹੀਨੇ ਬਾਅਦ ਜਦੋਂ ਮੇਰੀ ਇਨਵੈਸਟੀਗੇਸ਼ਨ ਹੋਈ ਮੈਨੂੰ ਪੁੱਛ ਤਸਕ ਕੀਤੀ ਉਹਨੂੰ ਵੀ ਛੱਡ ਦਿਓ 2 ਮਹੀਨਿਆਂ ਬਾਅਦ ਜੱਜ ਰਿਕਾਰਡ ਸਾਹਮਣੇ ਆ ਗਿਆ ਕੋਰਟ ਦੇ ਵਿੱਚ ਚਾਰ ਸ਼ੀਟ ਪੇਸ਼ ਹੋ ਗਈ ਉਹਦੇ ਵਿੱਚ ਕੁਝ ਮੇਰੇ ਖਿਲਾਫ ਨਹੀਂ ਸੀ ਮਿਸਟਰ ਬਾਂਸਲ ਉਹ ਤੁਹਾਡੇ ਨੇਵੀਊ ਸੀਗੇ ਤੁਹਾਡੇ ਘਰ ਆਂਦੇ ਰਹੇ ਸੀ ਤੁਹਾਡੇ ਬੜੇ ক্লোਜ਼ ਰਿਸ਼ਤੇਦਾਰ ਸੀਗੇ ਹਾਂ ਇਹ ਸਭ ਠੀਕ ਹੈ ਕੋਈ ਵੀ ਹੋ ਸਕਦਾ ਹੈ ਇਹੀ ਟੰਗਾਂ ਦੇ ਨਾਲ ਅਗਰ ਕਿਸੇ ਦਾ ਨਾਂ ਕਿਤੇ ਵਰਤਿਆ ਜਾਂਦਾ ਹੈ ਉਹਦਾ ਮਤਲਬ ਤੁਸੀਂ ਦੂਜੇ ਆਦਮੀ ਨੂੰ ਫਾਂਸੀ ਚੜਾ ਦਿਓ ਇੱਕੋ ਦਮ ਫਾਂਸੀ ਚੜਾ ਦਿਓ ਕੀ ਸਾਡਾ ਕਾਨੂੰਨ ਵਿਵਸਥਾ ਦੇ ਵਿੱਚ ਵਿਸ਼ਵਾਸ ਨਹੀਂ ਕਿ ਅਸੀਂ ਇਸੇ ਢੰਗ ਦੇ ਨਾਲ ਇਹ ਉਹੀ ਗੱਲ ਹੈ ਕਿ ਕਿਸੇ ਨੂੰ ਇਲਜ਼ਾਮ ਲਗਾਇਆ ਤੇ ਟੰਗ ਦਿਓ ਮੈਂ ਕਹਿੰਦਾ ਹਾਂ ਟੰਗ ਦਿਓ ਅਗਰ ਆਦਮੀ ਦੇ ਪੈਂਦਾ ਹੈ ਟੰਗ ਦਿਓ ਜ਼ਰੂਰ ਜੇ ਕਿਸੇ ਦੇ ਕੋਈ ਗੱਲ ਉਹਨੇ ਉਹ ਮੁਲਜ਼ਮ ਸਾਬਤ ਹੁੰਦਾ ਹੈ ਪਰ ਉਸ ਨੂੰ ਬਿਨਾ ਮਤਲਬ ਤਾਂ ਮੁਲਜ਼ਮ ਨਹੀਂ ਬਣਾਓ ਵਾਕਿਆਤ ਕੀ ਨੇ ਫੈਕਟਸ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਵੀ ਅੱਜ ਪਤਾ ਨਹੀਂ ਮੈਂ ਦੱਸ ਦੇਣਾ ਇੱਕ ਸੈਕਿੰਡ ਦੇ ਵਾਸਤੇ ਉਹ ਅਫਸਰ ਕੀ ਬੰਨਣਾ ਚਾਹੁੰਦਾ ਸੀ ਜੋ ਅਫਸਰ ਉਹ ਬੰਨਣਾ ਚਾਹੁੰਦਾ ਸੀ ਰੇਲਵੇ ਬੋਰਡ ਦਾ ਇਲੈਕਟ੍ਰੀਕਲ ਮੈਂਬਰ ਬੰਨਣਾ ਚਾਹੁੰਦਾ ਸੀ ਮੈਂਬਰ ਸਟਾਫ ਨਹੀਂ ਸੀ ਬੰਨਣਾ ਚਾਹੁੰਦਾ ਤੇ ਉਹਨੂੰ ਮੈਂਬਰ ਸਟਾਫ ਬਣਾਇਆ ਉਦੀ ਮਰਜ਼ੀ ਦੇ ਖਿਲਾਫ ਦੂਜੀ ਗੱਲ 18 ਤਰੀਕ ਨੂੰ ਉਹਦਾ ਮੈਂ ਕੇਸ 18 April ਨੂੰ ਕਲੀਅਰ ਕਰਕੇ ਮੈਂਬਰ ਸਟਾਫ ਵਾਸਤੇ ਭੇਜ ਦਿੱਤਾ 20 ਤਰੀਕ ਨੂੰ ਵੀ ਇਹਨਾਂ ਦੀ ਦੂਜਿਆਂ ਦੀ ਉੱਤੇ ਉਹਦੇ ਹੀ ਇਹਨਾਂ ਨਾਲ ਆਪਸ ਵਿੱਚ ਗੱਲ ਹੋ ਰਹੀ ਹੈ ਇਹਨੂੰ ਉਹਨੂੰ ਦੱਸਿਆ ਜਾ ਰਿਹਾ ਹੈ ਕਿ ਹਾਲੇ ਤਾਂ ਮਿਨਿਸਟਰ ਕੱਲ ਸਾਨੂੰ ਮਿਲਿਆ ਸੀ ਉਹ ਕਹਿ ਰਹੇ ਆ ਕਿ ਹਾਲੇ ਤਾਂ ਮੈਂ ਪ੍ਰੋਪੋਜ਼ਲ ਵੀ ਨਹੀਂ ਬਣਾਈ ਜਦੋਂ ਕਿ ਮੇਰੇ ਕੋਲੋਂ ਪ੍ਰੋਪੋਜ਼ਲ ACC ਵਾਸਤੇ ਜਿਹੜਾ ਕਿ ਅਗਲਾ ਸਟੈਪ ਹੁੰਦਾ ਹੈ DOP&T HOME ਉਸ ਤੋਂ ਬਾਅਦ PM ਉੱਥੇ ਜਾਣਾ ਹੁੰਦਾ ਹੈ 18 ਤਰੀਕ ਨੂੰ ਮੇਰੇ ਪਾਸ ਫਾਈਲ ਨਿਕਲ ਚੁੱਕੀ ਉਹ 20 ਨੂੰ ਵੀ ਕਹਿ ਰਹੇ ਨੇ ਕਿ ਹਲੇ ਤਾਂ ਮੰਤਰੀ ਕਹਿ ਰਹੇ ਮੈਂ ਪ੍ਰੋਪੋਜ਼ਲ ਵੀ ਨਹੀਂ ਬਣਾਈ ਕਿ ਇਸ ਤੋਂ ਤੁਸੀਂ ਸਾਬਤ ਕਰਦੇ ਹੋ ਕਿ ਸਮਝਦੇ ਹੋ ਇਸ ਤੋਂ ਕੀ ਆਈਡੀਆ ਲੱਗਦਾ ਹੈ ਕਿ ਸਾਡਾ ਆਪਸ ਵਿੱਚ ਮੇਂ ਅਗਰ ਗੱਲਬਾਤ ਹੋ ਰਹੀ ਹੁੰਦੀ ਤਾਲਮੇਲ ਹੁੰਦਾ ਸਾਡਾ ਇਹ ਇਸ ਤਰ੍ਹਾਂ ਦੀ ਗੱਲ ਹੋਈ ਹੁੰਦੀ ਉਹਦੇ ਵਿੱਚ ਬਠੋੜੇ ਜਿਹੜੇ ਨੈਵੀਓ ਨੇ ਉਹ ਕਿਸੇ ਕੌਨਫੀਡੈਂਸ ਨਾਲ ਤਾਂ ਅਪਰੋਚ ਕਰ ਰਹੇ ਹੋ ਫਿਰ ਇਹ ਗੱਲ ਮੈਨੂੰ ਪੁੱਛ ਰਹੇ ਹੋ ਤੁਸੀਂ ਇਹੀ ਤਾਂ ਮੈਂ ਕਹਿ ਰਿਹਾ ਹਾਂ ਬੇ ਗੱਲ ਹੀ ਸਿੰਪਲ ਇਹੀ ਕਹਿ ਰਿਹਾ ਹਾਂ ਮੇਰਾ ਦੇਖਣਾ ਹੈ ਇਸ ਵਕਤ ਮੇਰਾ ਉਸਤੇ ਕੀ ਹੈ ਫੇਰੇ ਤਾਂ ਉਹੀ ਕੈਂਗਰੂ ਕੋਟ ਵਾਲੀ ਗੱਲ ਹੀ ਹੈ ਨਾ ਕਿ ਕੋ ਵੇਖ ਕਿਸੇ ਦਾ ਕੁਝ ਹੋ ਗਿਆ ਕਿਸੇ ਨਾਲ ਰਿਸ਼ਤੇਦਾਰ ਦਾ ਉਹਦੀਆਂ ਕਚੈਰੀ ਦੇ ਵਿੱਚ ਉਹ ਭੁਗਤਣਗੇ ਉਹਨਾਂ ਨੇ ਆਪਦੀ ਸਜ਼ਾ ਵੀ ਉਹਨਾਂ ਨੂੰ ਕਾਹੀ ਦੇ ਰੋ ਕਚੈਰੀ ਨਹੀਂ ਉਹਨਾਂ ਜ ਰਹਿਣਾ ਵੀ ਪਿਆ ਉਹਨਾਂ ਨੂੰ ਪਿੱਛੇ ਅਤੇ ਉਸ ਤੋਂ ਬਾਅਦ ਉਹਨਾਂ ਦਾ ਕੇਸ ਚੱਲੇਗਾ ਉਹ ਸਾਰੇ ਲੋਕ ਜਿੱਥੇ ਜਿੱਥੇ ਕੀ ਉਹਨਾਂ ਦਾ ਉਹ ਸਾਬਤ ਹੋਏਗਾ ਲੇਕਿਨ ਮਿਸਟਰ ਬਾਂਸਰ ਇੱਕ ਤੁਹਾਡੇ ਤੇ ਅਲੀਗੇਸ਼ਨ ਲੱਗੀ ਔਨ ਥਿਸ ਮੈਂ ਇਹੀ ਕਹਿ ਰਿਹਾ ਇਹ ਅਲੀਗੇਸ਼ਨ ਲੈਟ ਮੀ ਕੰਪਲੀਟ ਮਾਈ ਹਾਂ ਲੈਟ ਮੀ ਕੰਪਲੀਟ ਮਾਈ ਕੁਐਸਚਨ ਕਿ ਇਫ ਵਾਈ ਡੂ ਪੀਪਲ ਬਲੀਵ ਥਿਸ ਲੋਕਾਂ ਨੇ ਬਲੀਵ ਕਿਉਂ ਕੀਤਾ ਕਿ ਜਦੋਂ ਹੁਣ ਕੋਲਗੇਟ ਹੋਇਆ ਜਿਹੜਾ ਮੈਂ ਫਿਰ ਉਹੀ ਕਹਿ ਰਿਹਾ ਇੱਕ ਸੈਕਿੰਡ ਮੈਨੂੰ ਮੇਰਾ ਕੁਐਸਚਨ ਮੈਂ ਤੁਹਾਨੂੰ ਪੁੱਛ ਲਾਂ ਜਦੋਂ ਕੋਲਗੇਟ ਹੋਇਆ ਡਾਇਰੈਕਟ ਸਪਰਸ਼ਨ ਉਹਦੇ ਵਿੱਚ ਪੀਐਮਓ ਪ੍ਰਾਈਮ ਮਿਨਿਸਟਰ ਤੇ ਆਈ ਬਟ ਫਿਰ ਵੀ ਬਹੁਤ ਲੋਕ ਬਲੀਵ ਕਰਦੇ ਆ ਕਿ ਮਨਮੋਨ ਸਿੰਘ ਔਨੈਸਟ ਹੈ ਪ੍ਰਾਈਮ ਮਿਨਿਸਟਰ ਔਨੈਸਟ ਹੈ ਬਟ ਜਦੋਂ ਤੁਹਾਡੇ ਤੇ ਇਹ ਅਲੀਗੇਸ਼ਨ ਲੱਗੀ ਵਾਈ ਡੂ ਪੀਪਲ ਬਲੀਵ well okay. I, i take exception to what you're saying you're saying perhaps without knowing what the people say go around to this in the city you are living in city you tusin chandi gar de vich rehnde ho tusin chandi gar de vich perception di gall karde ho to 20 din hor intezar kar lo tuhanu perception kal tuhanu us to pata lag jayega fir main ohi gall keh reha ohna da na hindustan de vich jaan de si ehi main keh reha saada dur bhag puran gall hi e hai कि ਅਸੀਂ ਖੋਜਦੇ ਹਾਂ ਕਿ ਕਿਸੇ ਦੇ ਕੁਝ ਇੱਕ ਗੱਲ ਕਹਿਦੇ ਹੋ ਛਿੱਟਾ ਮਾਰੋ ਉਸਤੇ ਤੇ ਕਹਿੰਦੇ ਰਹੋ ਵੀ ਤੂੰ ਗਿਲਤੀ ਹੈ ਐਂਡ ਇਹਹੀ ਸਿਸਟਮ ਦੇ ਨਾਲ ਅਸੀਂ ਗੇੜੀਆਂ ਸਾਰੀਆਂ ਇੰਸਟੀਚੂਨਸ ਨੇ ਉਹਨਾਂ ਨੂੰ ਖਤਮ ਕਰਨ ਲੱਗੇ ਆ ਉਸ ਤੋਂ ਬਾਅਦ ਕੀ ਹੋਇਆ ਯੂ ਆਰ ਅ ਵਿਕਟਿਮ ਉਸ ਤੋਂ ਬਾਅਦ ਆਈ ਐਮ ਆਈ ਐਮ ਆਈ ਐਮ you're a victim. And I, of this am, I am. i am. i am. i am again saying that repeatedly. you're a because, victim of because, media. because trial. i am. yes, i am. do you agree that what Kejriwal has said, that media sometimes. well, now you're going beyond that. from one and one doesn't really lead to the same conclusion. we have a different view. you don't really have to have the same view with others. what i'm saying is, and persistently, i was victim of a sustained mendacious campaign to malign me only, and simple as that. and why i am saying that again. now. ਮਰੇ ਸੀ નોਟ ਅਵੇਅਰ ਵਾਟ ਹੈਪਨਸ ਇਫ 10 ਡੇਸ ਬੈਕ ਯਸ ਕਿਸੇ ਨੇ ਕਿਸੇ ਨੇ ਫੇਰ ਕਿਉਂਕਿ ਸਮਾਂ ਇਲੈਕਸ਼ਨਾਂ ਦਾ ਨੇੜੇ ਆ ਚੱਲਿਆ ਸੀ ਕਿਸੇ ਨੇ ਫੇਰ ਕਚਹਿਰੀ ਵਿੱਚ ਦਰਖਾਸਤ ਪਾ ਦਿੱਤੀ ਕਿ ਪਵਨ ਵਾਂਸਲ ਨੂੰ ਗਲਤ ਛੱਡ ਦਿੱਤਾ ਜਾਏ ਸੀਬੀਆਈ ਨੂੰ ਤਾਂ ਜੋ ਮਰਜ਼ੀ ਕਹੀ ਜਾਓ ਜੇ ਤੁਹਾਨੂੰ ਠੀਕ ਲੱਗਦੀ ਹੈ ਤਾਂ ਉਹਨਾਂ ਤੋਂ ਇਨਕੁਆਇਰੀ ਮੰਗੋ ਠੀਕ ਨਹੀਂ ਲੱਗਦੀ ਤਾਂ ਉਹਨਾਂ ਨੂੰ ਗਾਲਾਂ ਕੱਢ ਦਿਓ ਇਹ ਕਰਤਾ ਮੇਰੇ ਕੇਸ ਦੇ ਵਿੱਚ ਮਿਨਿਸਟਰ ਦੇ ਰੇਡ ਰੇਡ ਹੋਇਆ ਭਤੀਜੇ ਦੇ ਭਾਂਜੇ ਦੇ ਉਹ ਤਾਂ ਠੀਕ ਹੋ ਗਿਆ ਮਿਨਿਸਟਰ ਨੂੰ ਦਾ ਹੱਥ ਕੇ ਤਾਂ ਨਹੀਂ ਸਾਬਤ ਹੋਇਆ ਕਿਸੇ ਗੱਲ ਵਿੱਚ ਉਹ ਗਲਤ ਕਰਤਾ ਉਹਨਾਂ ਨੇ ਜਦੋਂ ਕੋਰਟ ਦੇ ਵਿੱਚ ਕੇਸ ਮੈਨੂੰ ਪਤਾ ਵੀ ਨਹੀਂ ਉਸ ਗੱਲ ਦਾ ਜਦੋਂ ਅਖਬਾਰਾਂ ਚ ਆਇਆ ਮੈਨੂੰ ਅਗਲੇ ਦਿਨ ਪਤਾ ਲੱਗਿਆ ਮੈਨੂੰ ਉੱਥੋਂ ਦਿੱਲੀੋਂ ਫੋਨ ਆਇਆ ਕਿ ਉੱਥੇ ਕੋਰਟ ਵਿੱਚ ਦਰਖਾਸਤ ਪਾ ਦਿੱਤੀ ਕਿ ਪਵਨ ਪਾਂਸਲ ਹੈਜ਼ ਬੀਨ ਰੋਂਗਲੀ ਲੈਟ ਆਫ ਉਹਨੂੰ ਗਲਤ ਛੱਡ ਦਿੱਤਾ ਸੀਬੀਆਈ ਨੂੰ ਫੇਰ ਹਦਾਇਤ ਦਿੱਤੀ ਜਾਵੇ ਕਿ ਇਸਤੇ ਇਨਵੈਸਟੀਗੇਸ਼ਨ ਫੇਰ ਕਰੇ ਕੋਰਟ ਨੇ ਕੀ ਆਰਡਰ ਦਿੱਤਾ ਕਿ ਉਹਨਾਂ ਨੇ ਤਾਂ ਚਾਰ ਸ਼ੀਟ ਪੇਸ਼ ਕੀਤੀ ਹੋਈ ਮੈਂ ਆਈ ਹੈਵ ਟੇਕਨ ਕੌਗਨੀਸੈਂਸ ਆਫ ਇਟ ਅਗਲਾ ਕਾਨੂੰਨੀ ਕਦਮ ਮੈਂ ਲੈਂਦਾ ਹਾਂ ਉਹਨ ਸਾਰਿਆਂ ਨੂੰ ਕੰਸੀਡਰ ਕਰਕੇ ਐਂਡ ਦ ਜੁਡੀਸ਼ਰੀਜ਼ ਨੋਬਾਡੀਜ਼ ਕੇਸਡ ਪੈਰਟ ਪੈਰਟ ਉਹ ਉਹਨਾਂ ਨੇ ਕਿਉਂ ਕ अभी किसी जगह पर कितने ड्यू प्रोसैस कानूनी जो सिस्टम है असी तो कदर करनी सीख लीए अगर अंत कदर नहीं करा फिर तो उ सिस्टम है कि आदमी मैं जो गल शायद दोहरा रहा हाँ जो गल कही तो अगले तक गोली मार दौ मैं गोली मारने की गल कह रहा बिकॉज आई रियली टेक एक्सैप्शन टू वट यू हैव सेड आई स्टिल से अगर मेरे खिलाफ एक वर्ड भी आ जाए स्टोन मी टू डेथ इन सैक्टर बट जस्ट डोंट प्ले विदे लाइक अगेन don't play with the reputation of people. But you people build reputation over Mr. years. Mr. and Mr. i Mr. have my perception. nobody can doubt the, my, my, my integrity yeah. here. but you had to resign. what happened? why, why well, did you resign? that's have what to i'm th saying. If when something was there, i resigned after a week only. that was the beginning. when there was that persistent media people haunting me all the time, o samadesi vei kalakasisi jetei kalakasisi hasel karange. at the kai so media, the house is ajimu lage paene. o samadesi ticket kalakasisi lage paene. ਮੀਡੀਆ ਹਾਊਸਸ ਲੱਗੇ ਹੋਏ ਸਨ ਅੱਜ ਵੀ ਹਾਲੇ ਵੀ ਉਹਨਾਂ ਨੂੰ ਹਾਲੇ ਵੀ ਸ਼ਾਂਤੀ ਨਹੀਂ ਮਿਲੀ ਦੱਸਾਂ ਕਦੋਂ ਟਾਈਮ ਆਏਗਾ ਦੱਸਾਂ ਕਦੋਂ ਜਦੋਂ ਟਾਈਮ ਆਏਗਾ ਮੈਂ ਗੱਲ ਆਏਗੀ ਆਈ ਵਿਲ ਡੀਲ ਵਿਦ ਪੀਪਲ ਹੂ ਹੈਵ ਟ੍ਰਾਈ ਟੂ ਪਲੇ ਵਿਦ ਮਾਈ ਲਾਈਫ ਹੈਵ ਯੂ ਜਿਹੜਾ ਲੇਟੈਸਟ ਜਿਹੜਾ ਹੋਇਆ ਕਿ ਸੀਬੀਆਈ ਨੇ ਤੁਹਾਨੂੰ ਪ੍ਰੋਸੀਕਿਊਸ਼ਨ ਵਿਟਨੈਸ ਬਣਾਇਆ ਹੈਗਾ ਔਰ ਤੁਸੀਂ ਉਹ ਪਹਿਲੇ ਬਠੂ ਕੋ ਉਦੋਂ ਬਣਾਇਆ ਹੈਗਾ ਤੇ ਹੈਵ ਯੂ ਡਿਸੋਨਡ ਯੋਰ ਨੇਵਿਊ ਆਈ ਡੋਨਟ ਨੋ ਵਾਟ ਕੁਐਸਚਨਸ ਯੂ ਆਰ ਆਸਕਿੰਗ ਡੂ ਯੂ ਹੈਵ ਟੂ ਡਿਸੋਨ ਅ ਪਰਸਨ ਡੂ ਯੂ ਡਿਸੋਨ ਓਨਲੀ ਯੋਰ ਸੰਸ i have nothing to do because with because you'll have to dispose whether he's your yes debut. let the time come you can't ask me those questions the matter is sub judice you please understand that you, no no i'm telling you mechanic difficulty saadi e hai saadi jehda hai khushwant singh ji assi ek mauka bana lene ik tarna assi usi tarna de piche main oh tarna di hi gal no, kar, he, kar he, reha haa tusi oh tarna nu was no. he my son was he, was he my or that anyone my wife ki main dishonor karan di gal karan saadi property share karde haa sada kam sanjhe hai ਰਿਸ਼ਤੇਦਾਰ ਮੇਰੇ ਸਾਹੇ ਹੈਗੇ ਅੱਜ ਵੀ ਮੇਰੇ ਨਾਲ ਮੇਰੇ ਰਿਸ਼ਤੇਦਾਰ ਕੰਮ ਕਰ ਰਹੇ ਨੇ ਅੱਜ ਵੀ ਮੇਰੇ ਨਾਲ ਮੇਰੇ ਰਿਸ਼ਤੇਦਾਰ ਫਿਰ ਰਹੇ ਨੇ ਅਗਰ ਕਿਸੇ ਜਗ੍ਹਾ ਤੇ ਕੋਈ ਇੱਕ ਗੱਲ ਹੈ ਯੂ ਹੈਵ ਟੂ ਵੇਟ ਫਾਰ ਵਾਟ ਇਜ਼ ਬਟ ਆਰ ਯੂ ਹੈਵ ਯੂ ਬਿਕਮ ਕੌਸ਼ੀਅਸ ਵਿਦ ਯੋਰ ਫੈਮਿਲੀ ਮੈਂ ਫੇਰ ਉਹੀ ਕਹਿ ਰਹੇ ਹਾਂ ਤੁਹਾਨੂੰ ਫੇਰ ਤੁਸੀਂ ਕਹਿੰਦੇ ਯੂ ਹੈਵ ਬਿਕਮ ਕੌਸ਼ੀਅਸ ਇੱਕ ਇਨਸੀਡੈਂਟ ਕਿਤੇ ਹੋਇਆ ਹੈ ਜਿਹੜਾ ਉਹਦਾ ਮੇਰੇ ਨਾਲ ਤੱਲਕ ਨਹੀਂ ਮੈਨੂੰ ਅੱਜ ਵੀ ਲੋਕ ਆ ਕੇ ਵੀ ਦੱਸ ਰਹੇ ਨੇ ਤੁਹਾਡਾ ਨਾਂ ਤੇ ਉੱਥੇ ਇਹ ਕਹਿ ਰਿਹਾ ਜੀ ਉਹ ਸਾਡੇ ਸੀ ਉਹਨਾਂ ਦੇ ਰਿਸ਼ਤੇਦਾਰ ਹਾਂ ਜਿਹੜਾ ਰਿਸ਼ਤੇਦਾਰ ਵੀ ਨਹੀਂ ਹੁੰਦਾ ਆਪਸ ਮੇਰੇ ਕੋਲੇ ਆ ਕੇ ਬੀਬੀ ਕਹਿ ਰਹੀ ਹੈ 10 ਸਾਲਾਂ ਦਾ ਵਿਆਹ ਹੋਇਆ ਹੋਇਆ ਸੀ ਉਹਨਾਂ ਦਾ ਕਿ ਜੀ ਮੇਰਾ ਘਰ ਵਾਲਾ ਕਹਿੰਦਾ ਮੈਂ ਤੁਹਾਡਾ ਰਿਸ਼ਤੇਦਾਰ ਆ ਮੈਂ ਕਿ ਵਿਆਹ ਹੋਏ ਨੂੰ ਕਿੰਨੀ ਦੇਰ ਹੋਈ ਸੀ ਕਹਿੰਦੇ 10 ਸਾਲ ਮੈਂ ਕਿ 10 ਸਾਲਾਂ ਚ ਨਹੀਂ ਤੁਹਾਨੂੰ ਕਦੇ ਕਿਹਾ ਮੇਰੇ ਰਿਸ਼ਤੇਦਾਰ ਨੇ But this, this is what happens But Mr Bansal you vulnerable when you reach some positions yes. so Mr Bansal tusi eh keh rahe ho ki there are lot of forces which have been working well they have been working so and तो all तो those तो things will be kis kis qisam diyan forces ne main samajhda ke apna bahut ho gaya hai ede vich court de vich masla hai halle pending i have to deposit in the court i menu athi ki puchan ke main jawab court de vich dena hai oda jawab ethe nahi dena ohna de case chal rahe ne ohna de apne apne ki vichar ne mere waste tusi onni der waste intezar kar lena mainu oh ki puchde ne main oda ki jawab dena ha ode waste ohna intezar karna payega do you think ki jena rahul gandhi ਦੀ ਇਫੈਕਟ ਵਰਕ ਕਰੇਗਾ ਕਿ ਨਹੀਂ ਦੋਨਾਂ ਦਾ ਅਗਰ ਤੁਸੀਂ ਵੇਲਾ ਵੇਖਦੇ ਹੋ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂ ਉਹ ਕਹੀ ਜਾ ਰਹੇ ਨੇ ਉਹਨੂੰ ਪ੍ਰਾਈਮ ਮਿਨਿਸਟਰial ਕੈਂਡੀਡੇਟ ਉਹ ਪ੍ਰੇਜ਼ੈਂਟੇਸ਼ਨ ਚ ਜਿਆਦਾ ਕੰਮ ਕਰ ਰਹੇ ਨੇ ਉਹ ਇੱਕ ਆਪਣਾ ਦਿਲ ਬਹਿਲਾ ਰਹੇ ਨੇ ਉਸ ਗੱਲ ਦੇ ਨਾਲ ਇਹ ਪ੍ਰੈਜ਼ੀਡੈਂਸ਼ੀਅਲ ਸਿਸਟਮ ਆਫ ਗਵਰਨਮੈਂਟ ਨਹੀਂ ਸਾਡਾ ਪ੍ਰਾਈਮ ਸਾਡਾ ਪਾਰਲੀਮੈਂਟਰੀ ਸਿਸਟਮ ਆਫ ਗਵਰਨਮੈਂਟ ਹੈ ਪਾਰਲੀਮੈਂਟਰੀ ਸਿਸਟਮ ਆਫ ਗਵਰਨਮੈਂਟ ਦੇ ਵਿੱਚ ਹਰ ਇੱਕ ਕੰਸਟੀਟਿਊਐਂਸੀ ਦੇ ਵਿੱਚੋਂ ਲੋਕ ਆਪਣੇ ਆਪਣੇ ਨੁਮਾਇੰਦੇ ਚੁਣ ਕੇ ਭੇਜਦੇ ਨੇ ਕੋਈ ਕਿਸੇ ਪਾਰਟੀ ਦਾ ਆ ਜਾਂਦਾ ਕੋਈ ਕਿਸੇ ਪਾਰਟੀ ਦਾ ਆ ਜਾਂਦਾ ਜਿਨ੍ਹਾਂ ਦੇ ਜ਼ਿਆਦਾ ਚੁਣੇ ਜਾਂਦੇ ਨੇ ਉੱਥੇ ਗਰੁੱਪ ਉਹ ਉਹਨਾਂ ਨੂੰ ਇੱਕ ਅਧਿਕਾਰ ਮਿਲਦਾ ਕਿ ਉਹ ਆਪਣੀ ਸਰਕਾਰ ਬਣਾਉਂਦੇ ਨੇ ਉਹਨਾਂ ਦਾ ਲੀਡਰ ਪ੍ਰਾਈਮ ਮਿਨਿਸਟਰ ਬਣ ਜਾਂਦਾ ਹਾਲੇ ਉਹ ਕਹੀ ਜਾਣ ਆਪਣੇ ਆਪ ਦੇ ਵਿੱਚ ਸਿਸਟਮ ਦੇ ਤਹਿਤ ਅਜੇ ਹੀ ਕੋਈ ਗੱਲ ਨਹੀਂ ਹੁਣ ਰਾਹੁਲ ਗਾਂਧੀ ਅਤੇ ਮੋਦੀ ਦੇ ਵਿੱਚ ਅਗਰ ਫਰਕ ਦੇਖੋ ਇੱਕ ਪਾਸੇ ਸ਼ਾਲੀਨਤਾ ਲੋਕਾਂ ਦੇ ਨਾਲ ਲੋਕਾਂ ਦੇ ਦਿਲਾਂ ਦੇ ਨਾਲ ਦਿਲ ਜੋੜਨਾ ਦੂਜੇ ਪਾਸੇ ਸਿਰਫ ਦੈ ਲੋਗ ਵੱਡੇ ਵੱਡੇ ਬੋਲਨੇ ਉੱਚੀਆਂ ਉੱਚੀਆਂ ਗੱਲਾਂ ਕਰ ਦੇਣੀਆਂ ਹਰ ਇੱਕ ਦਾ ਮਾਹੌਲ ਉਡਾ ਦੇਣਾ ਕੀ ਇੱਕ ਸੈਕਿੰਡ ਦੇ ਵਾਸਤੇ ਤੁਹਾਨੂੰ ਕਦੀ ਮਹਿਸੂਸ ਹੁੰਦਾ ਹੈ ਕਿ ਉਹ ਆਦਮੀ ਜੋ ਆਪਣੇ ਆਪ ਨੂੰ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦਾ ਹੈ ਉਹ ਇਸ ਭਾਸ਼ਾ ਦੇ ਨਾਲ ਇਸ ਢੰਗ ਦੇ ਨਾਲ ਗੱਲ ਕਰਦਾ ਹੈ ਬਾਜਪਈ ਜੀ ਵੀ ਪਹਿਲਾਂ ਪ੍ਰਧਾਨ ਮੰਤਰੀ ਬਣੇ ਸਨ ਉਹ ਵੀ ਵੇਖ ਉਹ ਵੀ ਲੋਕਾਂ ਦੇ ਉਹ ਵੀ ਕ੍ਰਿਟੀਕਲ ਹੁੰਦੇ ਸਨ ਆਪਣੇ ਓਪੋਨੈਂਟਸ ਦਾ ਕਾਂਗਰਸ ਦਾ ਪਰ ਕਿਹੜਾ ਸਟਾਈਲ ਹੁੰਦਾ ਸੀ ਕਿ ਇਸ ਅਦਬ ਦੇ ਨਾਲ ਉਹ ਗੱਲ ਕਰਦੇ ਸਨ ਇੱਥੇ ਗੱਲ ਕਿਸ ਢੰਗ ਦੇ ਨਾਲ ਹੋ ਰਹੀ ਹੈ ਕੋਈ ਮੁਕਾਬਲਾ ਹੈ ਦੋਨਾਂ ਦੇ ਵਿੱਚ ਇਹ ਲੋਕਾਂ ਨੂੰ ਸਮਝਦੇ ਨਹੀਂ ਲੋਕਾਂ ਦੀਆਂ ਭਾਵਨਾਵਾਂ ਕੀ ਨੇ ਉਹਨਾਂ ਨਾਲ ਆਪਣਾ ਨਾਤਾ ਜੋੜਦੇ ਨਹੀਂ ਰਾਹੁਲ ਗਾਂਧੀ ਆਪਣਾ ਨਾਤਾ ਜੋੜਦੇ ਨਹੀਂ ਇਹ ਇਹ ਦੂਜੇ ਪਾਸੇ ਹਰ ਇੱਕ ਤਰ੍ਹਾਂ ਮਾਹੌਲ ਉਡਾਣਾ ਜਾਣਦੇ ਨੇ ਲੋਕ ਦੱਸਣਗੇ ਵੋਟਾਂ ਪੈਣਗੀਆਂ ਯੂ ਵਿਲ ਸੀ ਦ ਡਿਫਰੈਂਸ ਉਹੀ ਲੋਕ ਜਿਹੜੇ ਪਹਿਲਾਂ ਕਹਿੰਦੇ ਸੀ ਕਿ ਜੀ ਰੂਲ ਆਊਟ ਕਰ ਰਹੇ ਸਨ ਕਾਂਗਰਸ ਅੱਜ ਦੇ ਵਿੱਚ ਇੱਕੋਦਮ 50 ਸੀਟਾਂ ਦਾ ਫਰਕ ਪਤਾ ਮੈਂ ਕਹਿੰਦਾ ਕਾਂਗਰਸ ਨੂੰ 200 ਤੋਂ ਉੱਪਰ ਸੀਟਾਂ ਆਣਗੀਆਂ ਗਵਰਨਮੈਂਟ ਕਿਹੜੀ ਕਿਵੇਂ ਬਣੇਗੀ ਬਾਅਦ ਦੀ ਗੱਲ ਆਏਗੀ ਕਾਂਗਰਸ ਵਿਲ ਗੈਟ ਮੋਰ ਦੈਨ 200 ਸੀਟਸ ਤੁਸੀਂ ਇਲੈਕਸ਼ਨ ਕਨਵਿੰਸਿੰਗਲੀ ਜਾਂਦੇ ਹੋ ਕਾਂਗਰਸ ਦੇ ਹੋਰ ਵੀ ਕਈ ਸਕੈਮ ਅਦਰ ਰੋਲਾ ਪਿਆ ਹੈ ਲਾਈਕ 2G ਸਪੈਕਟ੍ਰਮ ਕੋਲ ਸਕੈਮ ਹੈ ਅਦਰ ਸਕੈਮ ਹੈ ਲੋਕ ਤੁਹਾਨੂੰ ਸਵਾਲ ਪੁੱਛਦੇ ਹੋਣੇ ਕਿ ਕਿਸੇ ਨੇ ਸਵਾਲ ਨਹੀਂ ਪੁੱਛਿਆ ਮੈਂ ਫਿਰ ਤੁਹਾਡੇ ਤੁਸੀਂ ਸਵਾਲ ਰੇਜ਼ ਕਰ ਰਹੇ ਹੋ ਮੈਂ ਤੁਹਾਨੂੰ ਫਿਰ ਜਵਾਬ ਦੇਣਾ ਚਾਹਨਾ ਹੈ ਇਸੀ ਗੱਲ ਦਾ ਇਹ ਇੱਕ ਮਾਹੌਲ ਇਸ ਤਰ੍ਹਾਂ ਦਾ ਬਣਾਇਆ ਗਿਆ ਸੀ ਗਵਰਨਮੈਂਟ ਦੇ ਖਿਲਾਫ ਸ਼ਾਇਦ ਬਹੁਤ ਲੋਕਾਂ ਨੂੰ ਗਵਰਨਮੈਂਟ ਨਹੀਂ ਸੀ ਪਸੰਦ ਕਿ ਗਵਰਨਮੈਂਟ ਚੰਗੇ ਕੰਮ ਕਰ ਰਹੀ ਹੈ 2G ਨੂੰ ਵਿਸਤਾਰਪੂਰਵਕ 2G ਨੂੰ ਜਾ ਕੇ ਵੇਖੋ ਉਹਦੇ ਅੰਦਰ ਕੀ ਮਿਲਦਾ ਹੈ ਉਹਦੇ ਵਿੱਚ ਕੀ ਹੋਇਆ ਸੀ ਕੀ ਉਹਦੇ ਵਿੱਚ ਪਾਲਿਸੀਜ਼ ਦੇ ਵਿੱਚ ਫਰਕ ਪਿਆ ਸੀ ਸ਼ਾਇਦ ਕਿਸੇ ਨੇ ਉਹ ਨਹੀਂ ਚੰਗੀ ਤਰ੍ਹਾਂ ਵੇਖਣ ਦੀ ਕੋਸ਼ਿਸ਼ ਨਹੀਂ ਕੀਤੀ ਸੀਏਜੀ ਵੀ ਤਿੰਨ ਫਿਗਰਸ ਦੇਵੇ ਸੀਏਜੀ ਕੰਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ ਆਡੀਟਰ ਕਦੇ ਕਹੇ ਮੈਂ 176000 ਕਰੋੜ ਦੂਜਾ 43000 ਕਰੋੜ ਦੂਜਾ 26000 ਕਰੋੜ ਇਹਨਾਂ ਦਾ ਫਰਕ ਰਹਿ ਇਹਦੇ ਨਾਲ ਹੋਇਆ ਕਰਦਾ 43 ਤੇ 176000 ਚ ਕੀ ਫਰਕ ਹੈ 26 ਤੇ 43 ਦੇ ਵਿੱਚ ਕੀ ਫਰਕ ਹੈ ਕੀ ਇਸ ਤਰ੍ਹਾਂ ਦੇ ਆਡੀਟਰਸ ਦਾ ਕੰਮ ਇਹ ਹੁੰਦਾ ਹੈ ਤੇ ਕੀ ਫਿਰ ਆਡੀਟਰਸ ਦਾ ਕੰਮ ਨੀਤੀ ਨੂੰ ਚੈਲੰਜ ਕਰਨਾ ਹੁੰਦਾ ਹੈ ਕਿਤੇ ਕੋਈ ਗਲਤ ਹੋਇਆ ਹੈ ਉਹਦੇ ਵਾਸਤੇ ਕਚਹਿਰੀਆਂ ਹਨ ਕੋਰਟ ਦੇ ਵਿੱਚ ਹੈਗੇ ਆ ਮੈਟਰ ਕੋਰਟ ਚ ਪੈਂਡਿੰਗ ਨੇ ਮੈਂ ਫਿਰ ਉਹੀ ਗੱਲ ਜਿਹੜੀ ਪਹਿਲਾਂ ਕਹੀ ਸੀ ਕਿਉਂਕਿ ਇਹਨਾਂ ਦੇ ਬਹੁਤ ਗੱਲਾਂ ਹੋ ਗਈਆਂ ਦੇਸ਼ ਦੇ ਵਿੱਚ ਸਾਨੂੰ ਇਹ ਗੱਲਾਂ ਕੋਰਟਸ ਵਾਸਤੇ ਛੱਡ ਦੇਣੀਆਂ ਚਾਹੀਦੀਆਂ ਨੇ ਆਪਦੇ ਵੱਲ ਜਿਸ ਨੇ ਜੋ ਰੋਟੀਆਂ ਸੇਕਣੀਆਂ ਸੀ ਇਸ ਤੇ ਸੇਕ ਚੁੱਕੇ ਨੇ ਉਹਨੇ ਗੱਲਾਂ ਕੋਰਟ ਵਾਸਤੇ ਛੱਡ ਦੇਣੀਆਂ ਚਾਹੀਦੀਆਂ ਨੇ ਕਿੰਨੇ ਕਿੰਨੇ ਸੇਕੀਆਂ ਹੈਗੇ ਹੂ ਇਸ ਇਨਵੋਲਡ ਜੇ ਤੁਸੀਂ ਆਪੋਜ਼ਿਸ਼ਨ ਕਨਸਪੀਰੇਸੀ ਇਟ ਇਜ਼ देयर ਹੁ ਕਨਸਪੀਰੇਸੀ ਇਜ਼ ਅ ਡਿਫਰੈਂਟ ਥਿੰਗ ਹੇਅਰ ਇਟ ਇਜ਼ ਦੀ ਆਪੋਜ਼ਿਸ਼ਨ ਜਿਨ੍ਹਾਂ ਨੇ ਪਾਰਲੀਮੈਂਟ ਨੂੰ ਚੱਲਣ ਨਹੀਂ ਦਿੱਤਾ 5 ਸਾਲ ਪਹਿਲੇ ਦਿਨ ਤੋਂ ਬਲਕਿ 9 ਸਾਲ ਪਹਿਲੇ 10 ਸਾਲ ਪਹਿਲਾਂ ਤੋਂ 2004 ਦੇ ਵਿੱਚ ਜਿਹ ਮੈਨੂੰ ਮੌਕਾ ਦਿੱਤਾ ਸੀ ਕਿ I had to start that open the motion of thanks to the president ਤੇ ਉਸ ਦੇ ਵਿੱਚ ਉਹਨੂੰ ਭਾਸ਼ਣ ਸ਼ੁਰੂ ਕਰਨਾ ਸੀ the very first day they did not let the house run 10 ਸਾਲ ਉਹਨਾਂ ਨੇ ਭਾਜਪੀ ਨੇ ਵਿਰਸ ਕਿਤੇ ਨੇ ਬਰਬਾਦ ਕੀਤੇ ਨੇ ਲੋਕ ਸਭਾ ਦੇ ਪਾਰਲੀਮੈਂਟ ਦੇ ਰਾਜ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਕੰਮ ਨਹੀਂ ਹੋਣ ਦਿੱਤਾ ਵਧੀਆ ਵਧੀਆ ਵਿਦੇਕ ਜਿਹੜਾ ਨੂੰ ਆਵਾਮਾ ਵਰਗੇ ਪ੍ਰਧਾਨ ਮੰਤਰੀ ਨੂੰ ਕਹਿੰਦੇ ਸਨ ਕਿ ਹਿੰਦੁਸਤਾਨ ਵਾਲਾ ਜਿਹੜੇ ਪ੍ਰਧਾਨ ਮੰਤਰੀ ਨੇ ਅਗਰ ਦੁਨੀਆ ਦੇ ਵਿੱਚ ਪੰਜ ਅਜਿਹੇ ਲੀਡਰ ਹੋਣ ਦੁਨੀਆ ਦਾ ਨਕਸ਼ਾ ਬਦਲਿਆ ਹੁੰਦਾ ਉਹਨਾਂ ਨੇ ਇੱਥੇ ਲੋਕਾਂ ਨੇ ਉਹਨਾਂ ਨੇ اپੋਜੀਸ਼ਨ ਨੇ ਕੰਮ ਹੀ ਕਰੰ ਦਿੱਤਾ ਇੱਥੇ ਤੁਹਾਡੀ ਇਲੈਕਸ਼ਨ ਬੜੀ ਚੰਡੀਗੜ੍ਹ ਦੀ ਇੰਟਰਸਟਿੰਗ ਹੋ ਗਈ ਹੈ ਟੂ ਬਾਲੀਵੁੱਡ ਹੀਰੋਇਨਸ ਆਰ ਹੇਅਰ ਕਿਰਨ ਖੇਰ ਐਂਡ ਗੁਲਪਨਾਗ ਐਂਡ ਇਨ ਫੈਕਟ ਜਿਹੜੀ 3rd ਵੀ ਪੀਐਸਪੀ ਤੋਂ ਉਹ ਵੀ ਲੇਡੀ ਹੈ ਸੋ ਤਿੰਨ ਦੇਵੀਆਂ ਦੇ ਨਾਲ ਲੜਾਈ ਇਹ ਤਾਂ ਸਾਰਿਆਂ ਦਾ ਪਾਰਟੀਆਂ ਦਾ ਆਪਣਾ ਆਪਣਾ ਫੈਸਲਾ ਹੈ ਪਾਰਟੀਆਂ ਨੇ ਕਿਸ ਨੂੰ ਕਿਚਨ ਕੇ ਲਿਆਂਦਾ ਹੈ ਮੈਂ ਸਮਝਦਾ ਜਿਸ ਤੱਕ ਤੁਸੀਂ ਐਕਟਰਸ ਦੀ ਗੱਲ ਕਰੋ ਉਹਨਾਂ ਨੇ ਇੱਕ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਬਹੁਤ ਤਸ਼ੱਦਦ ਬਹੁਤ ਮਿਹਨਤ ਕੀਤੀ ਹੁੰਦੀ ਹੈ ਬਹੁਤ ਮਿਹਨਤ ਤੋਂ ਬਾਅਦ ਉਹ ਇੱਕ اپੋਜੀਸ਼ਨ ਤੇ ਪਹੁੰਚੇ ਹੁੰਦੇ ਨੇ ਜਿੱਥੇ ਮੈਂ ਸਮਝਦਾ ਹਾਂ ਕਿ ਉਹ ਸਚਾਈ ਦੇ ਪੁਜਾਰੀ ਬਣ ਜਾਂਦੇ ਨੇ ਅਤੇ ਆਪਣੀ ਕਲਾ ਦੇ ਮਾਹਰ ਬਣ ਜਾਂਦੇ ਨੇ ਅਤੇ ਨਾਲ ਦੀ ਨਾਲ ਬਹੁਤ ਲੰਬੇ ਅਰਸੇ ਦੇ ਮਿਹਨਤ ਦੇ ਨਾਲ ਉਹ ਸਿਰਫ ਉਹਦਾ ਟੈਕਸਟ ਜੀ ਨਹੀਂ ਕਿਸੇ ਚੀਜ਼ ਦਾ ਸਬ ਟੈਕਸਟ ਨੂੰ ਵੀ ਮਹਾਰੀਅਤ ਹੋ ਜਾਂਦੀ ਹੈ ਦੂਰੋਂ ਗਲੇਮਰ ਲੱਗਦਾ ਹੈ ਪਬਲਿਕ ਲਾਈਫ ਦਾ ਉਹ ਹੈ ਨਹੀਂ ਲੋਕਾਂ ਦੇ ਵਿੱਚ ਜਿਵੇਂ ਰਹੇ ਕਿ ਕੰਮ ਕਰਨਾ ਪੈਂਦਾ ਉਹ ਗਲੇਮਰ ਹੈ ਨਹੀਂ ਪਰ ਇਹ ਗਲੇਮਰ ਨੂੰ ਦੇਖਦੇ ਹੋਏ ਜਦੋਂ ਸੈਲੀਬ੍ਰਿਟੀਜ਼ ਵੀ ਆਉਂਦੇ ਨੇ ਇੱਧਰ ਮੈਂ ਬਸ ਇੰਨਾ ਹੀ ਕਹਿਣਾ ਚਾਹਨਾ ਇੱਥੇ ਵੀ ਉਹੀ ਪੂਰਾ ਕਰਨਾ ਪੈਂਦਾ ਹੈ ਇਥੇ ਇਹ ਨਹੀਂ ਕਿ ਕਿਤੋਂ ਆਓ ਕਿਸੇ ਜਗ੍ਹਾ ਤੋਂ ਇੱਕੋ ਦਮ ਦੂਜੀ ਜਗ੍ਹਾ ਜਾ ਕੇ ਜਿੱਤ ਲਵੋ ਇਥੇ ਬਹੁਤ ਲੰਬਾ ਅਰਸਾ ਉਹ ਤਸ਼ੱਦਦ ਕਰਨੀ ਪੈਂਦੀ ਹੈ ਉਮੇ ਕੰਮ ਕਰਨਾ ਪੈਂਦਾ ਹੈ ਮਿਹਨਤ ਕਰਨੀ ਪੈਂਦੀ ਹੈ ਲੋਕਾਂ ਦੇ ਵਿੱਚ ਰਹਿਣਾ ਪੈਂਦਾ ਹੈ ਫਿਰ ਜਾ ਕੇ ਕਦੇ ਆदमी ਪਾਰਲੀਮੈਂਟ ਦੇ ਇਲੈਕਸ਼ਨ ਲੜਨ ਦੇ ਵਾਸਤੇ ਲੋਕਾਂ ਦੇ ਸਾਹਮਣੇ ਪੇਸ਼ ਹੋ ਸਕਦਾ ਹੈ ਸੈਲੀਬ੍ਰਿਟੀਆਂ ਨੂੰ ਇਲੈਕਸ਼ਨ ਜਾਂ ਪੋਲਿਟਿਕਸ ਜਾਣਾ ਚਾਹੀਦਾ ਹਰ ਇੱਕ ਦਾ ਆਪਣਾ ਆਪਣਾ ਹਕੀਕਾਰ ਹੈ ਆਮਦਾ ਹਰ ਇੱਕ ਨੂੰ ਕੌਣ ਕਿਤ ਆਣਾ ਚਾਹੁੰਦਾ ਹੈ ਕੋਈ ਨਹੀਂ ਉਹਨਾਂ ਦਾ ਕੰਮ ਹੈ ਅਧਿਕਾਰ ਹੈ ਹਰ ਇੱਕ ਨੂੰ ਸੰਵਿਧਾਨ ਦੇ ਵਿੱਚ ਕੋਈ ਕਿਤੇ ਵੀ ਹੋਵੇ ਉਸਨੂੰ ਅਧਿਕਾਰ ਹੈ ਆ ਸਕਦਾ ਹੈ ਬੰਸਲ ਸਾਹਿਬ ਤੁਸੀਂ ਸਾਰੀ ਯੂਪੀਏ 2 ਵਿੱਚ ਯੂਨੀਅਨ ਮਿਨਿਸਟਰ ਰਹੇ ਚੰਡੀਗੜ੍ਹ ਤੋਂ ਹੋਰ ਵੀ ਬੜੇ ਸਟਾਲਵਰਡਸ ਇਨ ਫੈਕਟ ਪ੍ਰਾਈਮ ਮਿਨਿਸਟਰ ਮਨਮੋਨ ਸਿੰਘ ਵੀ ਚੰਡੀਗੜ੍ਹ ਰਹੇ ਅੰਬਿਕਾ ਸੋਨੀ ਇੱਥੋਂ ਨੇ ਕਪਿਲ ਸਿਬਲ ਇੱਥੋਂ ਨੇ ਮਨੀਸ਼ ਦਿਵਾੜੀ ਇੱਥੋਂ ਨੇ ਚੰਡੀਗੜ੍ਹ ਨੂੰ ਉਹਦਾ ਡਿਊ ਮਿਲਿਆ ਤੁਹਾਨੂੰ ਲੱਗਦਾ ਸਾਰਿਆਂ ਦਾ ਰੋਲ ਚੰਡੀਗੜ੍ਹ ਵਾਸਤੇ ਨਹੀਂ ਹੁੰਦਾ ਇਹ ਇੱਕ ਇਤਫਾਕ ਹੈ ਕਿ ਇੱਥੇ ਬੜੇ ਨੇ ਇੱਥੋਂ ਗਏ ਨੇ ਚੰਡੀਗੜ੍ਹ ਦੇ ਵਾਸਤੇ ਉੱਥੋਂ ਦਾ ਸਹੀ ਮੈਨਰ ਵਿੱਚ ਗੱਲ ਕਰਨੀ ਉੱਥੋਂ ਦੇ ਐਮਪੀ ਦਾ ਰੋਲ ਹੁੰਦਾ ਹੈ ਅਤੇ ਮੈਂ ਉਹਦਾ ਜਵਾਬ ਸਿੰਪਲ ਇੰਨਾ ਕਹਿਣਾ ਚਾਹੁੰਦਾ ਹਾਂ 10-12 11 ਸਾਲਾਂ ਦੇ ਵਿੱਚ ਇੱਥੋਂ ਸਾਡਾ ਜਿਹੜੀ ਪਲਾਨ ਬਜਟ ਹੈ ਪਲਾਨ ਅਲੋਕੇਸ਼ਨ ਹੁੰਦੀਆਂ ਨੇ 165 ਕਰੋੜ ਸਾਲਾਨਾ ਤੋਂ ਵੱਧ ਕੇ ਇਸ ਸਾਲ 804 ਕਰੋੜ ਹੋ ਗਿਆ ਹੈ ਜਿਹੜਾ ਤਕਰੀਬਨ 496% ਇਨਕਰੀਜ਼ ਹੋ ਗਿਆ ਹੈ ਯੂਨੀਵਰਸਿਟੀ ਦੇ ਵਿੱਚ ਪਿਛਲੇ 5 ਸਾਲਾਂ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਜੀ ਦੇ ਇੰਟਰਵੈਂਸ਼ਨਸ ਦੇ ਨਾਲ ਹੀ ਉਹਨਾਂ ਦਾ ਚੰਡੀਗੜ੍ਹ ਦੇ ਵਿੱਚ ਇੰਟਰਸਟ ਲੈਣ ਦੇ ਨਾਲ ਹੀ ਯੂਨੀਵਰਸਿਟੀ ਨੂੰ 750 ਕਰੋੜ 5 ਸਾਲਾਂ ਦੇ ਵਿੱਚ ਐਕਸਟਰਾ ਸਪੈਸ਼ਲ ਫੰਡਸ ਮਿਲੇ ਨੇ ਜਿਹੜਾ ਸਿਰਫ ਡੈਫਿਸਿਟੀ ਮੀਟ ਨਹੀਂ ਹੋਇਆ ਬਲਕਿ ਹੋਰ ਨਵੇਂ-ਨਵੇਂ ਇੰਸਟੀਚੂਟ ਜਾ ਕੇ ਤੁਸੀਂ 25 ਸੈਕਟਰ ਵਿੱਚ ਵੇਖੋ ਕਿੱਡੇ ਵੱਡੇ-ਵੱਡੇ ਕਿੰਨੇ ਇੰਸਟੀਚੂਟਸ ਇੱਥੇ ਬਣ ਗਏ ਨੇ ਪੀਜੀਆਈ ਦੇ ਵਿੱਚ ਐਡਵਾਂਸਡ ਸਪੈਸ਼ਲਟੀਆਂ ਦੇ ਕਿੱਡੇ-ਕੱਡੇ ਸੈਂਟਰ ਕਿੰਨੇ ਬਣ ਗਏ ਨੇ ਚੰਡੀਗੜ੍ਹ ਦੇ ਵਿੱਚ 1 ਸਾਲ ਦੇ ਵਿੱਚ 10 ਨਵੀਆਂ ਟ੍ਰੇਨਸ ਚੱਲ ਧਾਰਮਿਕ ਸਥਾਨਾਂ ਦੇ ਨਾਲ ਚੰਡੀਗੜ੍ਹ ਜੁੜ ਗਿਆ ਹੈ ਇੱਥੇ ਹਰ ਇੱਕ ਚੀਜ਼ ਦੇ ਵਾਸਤੇ ਪੈਸਾ ਚੰਗਾ ਸੋਹਣੇ ਤਾਦਾਦ ਦੇ ਵੀ ਸਾਨੂੰ ਮਿਲ ਚੁੱਕਿਆ ਹੈ ਅਗਰ ਤੁਸੀਂ ਡਿਊ ਇਹ ਕਹਿੰਦੇ ਹੋ ਤਾਂ ਡਿਊ ਪੂਰਾ ਮਿਲਿਆ ਹੈ ਅਗਰ ਡਿਊ ਅਦਰਵਾਈਜ਼ ਹੈ ਤਾਂ ਇੱਕ ਐਮਪੀ ਹੁੰਦਾ ਹੈ ਜਿਹੜਾ ਇੱਥੋਂ ਫਾਰਮਲੀ ਰੈਪ੍ਰেজেন্ট ਕਰਦਾ ਉਹ ਐਮਪੀ ਨੂੰ ਕੈਬਨਿਟ ਰੈਂਕ ਮੰਤਰੀ ਬਣ ਚੁੱਕਿਆ ਹੈ ਤਾਂ ਮੇਰਾ ਖਿਆਲ ਡਿਊ ਹਰ ਇੱਕ ਢੰਗ ਦੇ ਨਾਲ ਪੂਰਾ ਮਿਲਿਆ ਪਰ ਸਾਡੀਆਂ ਜਿਹੜੀਆਂ ਖੁਆਇਸ਼ਾਂ ਹੁੰਦੀਆਂ ਨੇ ਸਾਡੀਆਂ ਐਸਪੀਰੇਸ਼ਨਸ ਹੁੰਦੀਆਂ ਨੇ ਹੋਰ ਵਧੀਆਂ ਰਹਿਣ ਦਿਤੀਆਂ ਚੰਡੀਗੜ੍ਹ ਹੁਣ ਟ੍ਰਾਈ ਸਿਟੀ ਵੀ ਵੱਧ ਰਿਹਾ ਹੈ ਤੇ ਸਾਰਾ ਪ੍ਰੈਸ਼ਰ ਚੰਡੀਗ ਅਸੀਂ ਮੈਚ ਕਰ ਰਹੇ ਹਾਂ ਇਹ ਜੋ ਗ੍ਰੋਥ ਹੋ ਰਹੀ ਹੈ ਚੰਡੀਗੜ੍ਹ ਦੀ ਇਹ ਤਾਂ ਪ੍ਰੈਸ਼ਰ ਹੈ ਇਹ ਤੁਸੀਂ ਮਤਲਬ ਦਿਸ ਇਜ਼ ਦੀ ਇੰਪੈਰੀਟਿਵ ਆਫ ਅਰਬਨਾਈਜੇਸ਼ਨ ਇਨ ਦੀ ਏਰੀਆਜ਼ ਅਰਾਊਂਡ ਜਿਸ ਦਾ ਸਾਡੇ ਤੇ ਚੰਡੀਗੜ੍ਹ ਤੇ ਪ੍ਰੈਸ਼ਰ ਪੈ ਰਿਹਾ ਹੈ ਬਹੁਤ ਫਿਜ਼ੀਕਲ ਐਂਡ ਐਂਡ ਐਜੂਕੇਸ਼ਨਲ ਸੋਸ਼ਲ ਇਨਫਰਾਸਟ੍ਰਕਚਰ ਦੇ ਵਿੱਚ ਉਹਦੇ ਵਾਸਤੇ ਤਾਂ ਹੀ ਮੈਂ ਕਹਿ ਰਿਹਾ ਹਾਂ ਜਿਹੜਾ ਗ੍ਰੋਥ ਇਸ ਦਾ ਹੋ ਰਿਹਾ ਹੈ 16 ਸੈਕਟਰ ਦੇ ਹਸਪਤਾਲ ਦੇ ਵਿੱਚ ਇੱਕ ਪੂਰਾ OPD ਬਲਾਕ ਵੱਡਾ ਪੰਜ ਮੰਜ਼ਲਾ ਨਿਆ ਬਣਿਆ ਹੈ 32 ਸੈਕਟਰ ਦੇ ਹਸਪਤਾਲ ਦੇ ਵਿੱਚ ਦੋ ਬਲਾਕਸ ਨਵੇਂ ਬਣ ਗਏ ਨੇ ਤੀਜਾ ਬਲਾਕ ਸ਼ੁਰੂ ਹੋਇਆ ਹੋਇਆ ਹੈ ਹਸਪਤਾਲ ਮਨੀ ਬਿਲਕੁਲ ਮਦਰ ਐਂਡ ਚਾਈਲਡ ਕੇਅਰ ਨਾਲ ਹੁੰਦੇ ਹੋਏ 24 ਆਰ ਇਮਰਜੈਂਸੀ ਉਸ ਬਣ ਗਿਆ ਹੈ 45 ਸੈਕਟਰ ਦੇ ਵਿੱਚ 50 ਬੈਡਡ ਹਸਪਤਾਲ ਹੋਰ ਬਣ ਰਿਹਾ ਹੈ ਸਾਡੀਆਂ ਜਿਹੜੀਆਂ ਡਿਸਪੈਂਸਰੀਜ਼ ਨੇ ਉਹ ਅਪਗ੍ਰੇਡ ਹੋ ਰਹੀਆਂ ਨੇ ਜਿਹੜੀਆਂ ਰਿਸਪੈਂਸ ਇੱਕ ਪੋਲੀ ਕਲਿਨਿਕ ਸੀ 22 ਸੈਕਟਰ ਵਾਲਾ ਉਹ ਅਪਗ੍ਰੇਡ ਹੋ ਗਿਆ ਹੈ ਮਦਰ ਐਂਡ ਚਾਈਲਡ ਕੇਅਰ ਸੈਂਟਰ ਫਿਰ ਇਸ ਢੰਗ ਦੇ ਨਾਲ ਚੰਡੀਗੜ੍ਹ ਦੇ ਵਿੱਚ ਆਪਣਾ ਰੋਡਸ ਦਾ ਤੁਸੀਂ ਆਪਣੇ ਆਪ ਵੇਖੋ ਕਿਹੜੀਆਂ ਰੋਡਸ ਕੋਈ ਇੱਥੇ ਚੰਡੀਗੜ੍ਹ ਦੇ ਵਿੱਚ 10 ਵਰ੍ਹਿਆਂ ਬਾਅਦ ਆਵੇ 5 ਵਰ੍ਹਿਆਂ ਬਾਅਦ ਵੀ ਆਵੇ ਉਹ ਫਰਕ ਵੇਖਦਾ ਚੰਡੀਗੜ੍ਹ ਵਿੱਚ ਬਿਲਕੁਲ ਰੋਡਸ ਦਾ ਬਹੁਤ ਬੁਰਾ ਹ ਬਨਿਆ ਵੀ ਬਹੁਤ ਨੇ ਬਨੰਦੀ ਲੋਡ ਵੀ ਬਹੁਤ ਹੈ ਸੜਕਾਂ ਦੀ ਜਿਹੀ ਗੱਲ ਹੈ ਕਿ 3 ਸਾਲਾਂ ਬਾਅਦ ਹੀ ਉਹਦੀ ਰੀਕਾਪਟਿੰਗ ਹੋਣ ਦੀ ਲੋੜ ਹੁੰਦੀ ਹੈ 3 ਸਾਲ ਪਹਿਲਾਂ ਰੇਲਵੇ ਸਟੇਸ਼ਨ ਤੇ ਫਰਸਟ ਕਲਾਸ ਰੋਡ ਸੀ ਅੱਜ ਰੇਲਵੇ ਸਟੇਸ਼ਨ ਦੇ ਬਾਹਰਲੀ ਸੜਕ ਬਿਲਕੁਲ ਟੁੱਟੀ ਪਈ ਹੈ ਉਹਦੇ ਵਾਸਤੇ ਮੈਂ ਉਹਨਾਂ ਨੂੰ ਜ਼ਿਕਰ ਕੀਤਾ ਸਰਦੀਆਂ ਸੰ ਸਰਦੀਆਂ ਦੇ ਸਮੇਂ ਚ ਸੜਕਾਂ ਅਗਰ ਬਣਾਓ ਤਾਂ ਮਜ਼ਬੂਤ ਨਹੀਂ ਬਣਦੀਆਂ ਫਿਰ ਟੁੱਟਣ ਦੇ ਵਾਲੀਆਂ ਹੋ ਜਾਂਦੀਆਂ ਨੇ ਜਲਦੀ ਫਿਰ ਬਾਰਿਸ਼ਾਂ ਆ ਗਈਆਂ 3 ਮਹੀਨੇ ਉਹ ਲੇਟ ਹੋ ਗਿਆ ਤੋਂ ਵਿੱਚੋਂ ਸਮੇਂ ਪੈ ਜਾਂਦਾ ਹੈ ਪਿੰਡਾਂ ਦੀਆਂ ਜਿਹੜੀਆਂ ਫਿਰਨੀਆਂ ਨੇ ਅੱਜ ਦੇ ਦਿਨ ਟੁੱਟੀਆਂ ਕਈ ਜਗ੍ਹਾ ਨਜ਼ਰ ਆਉਂਦੀਆਂ ਨੇ ਸੈਂਕਸ਼ਨ ਹੋ ਚੁੱਕੀਆਂ ਨੇ ਇਹ ਹੁੰਦੇ ਨਾਲ ਦੇ ਵਿੱਚ ਜਦੋਂ ਜਦੋਂ ਗਰਮੀ ਦਾ ਟਾਈਮ ਹੁਣ ਇਹ ਆਏਗਾ ਉਹਦੇ ਵਿੱਚ ਉਹ ਸੜਕਾਂ ਬਣ ਜਾਣੀਆਂ ਇੱਕ ਆਨ ਗoing ਕੰਟੀਨਿਊਇੰਗ ਪ੍ਰੋਸੈਸ ਹੁੰਦਾ ਜਦੋਂ ਮੈਂ ਕਹਿੰਦਾ ਸੜਕਾਂ ਬਣ ਰਹੀਆਂ ਨੇ ਮੇਰੀ ਸੜਕਾਂ ਦੀ ਵਾਈਡਨਿੰਗ ਦੀ ਗੱਲ ਸੀ ਸੜਕਾਂ ਵਾਈਡਨ ਬਹੁਤ ਹੋ ਗਈਆਂ ਨੇ ਸਰ ਅੱਠ ਇਥੋਂ ਵਾਸਤੇ ਟ੍ਰੈਫਿਕ ਕਿਉਂਕਿ ਬਹੁਤ ਜ਼ਿਆਦਾ ਵੱਧ ਰਿਹਾ ਹੈ ਪੂਰੇ ਕੰਟਰੀ ਦੇ ਵਿੱਚੋਂ ਸਾਰਿਆਂ ਨਾਲੋਂ ਵੱਧ ਪਰ ਕੈਪੀਟਾ ਕਾਰਸ ਚੰਡੀਗੜ੍ਹ ਵਿੱਚ ਨੇ ਇਸ ਲਈ ਇੱਥੇ ਹੁਣ ਪ੍ਰੈਸ਼ਰ ਟ੍ਰੈਫਿਕ ਦਾ ਬਹੁਤ ਪੈ ਕਈ ਜਗ੍ਹਾ ਟ੍ਰੈਫਿਕ ਹੌਟਸਪੌਟਸ ਨੇ ਜਿੱਥੇ ਪੋਲੂਸ਼ਨ ਵੀ ਜ਼ਿਆਦਾ ਹੋ ਜਾਂਦੀ ਹੈ ਉੱਥੋਂ ਵਾਸਤੇ ਹੁਣ 8 ਜਗ੍ਹਾ ਦੇ ਵਾਸਤੇ ਅੰਡਰ ਪਾਸੇ ਉਹਨਾਂ ਵਾਸਤੇ ਪਲਾਨ ਹੋ ਗਏ ਨੇ ਸੈਂਕਸ਼ਨ ਹੋ ਗਏ ਹੈ ਉਹਨਾਂ ਚੋਂ ਦੋ ਨੇ ਤਾਂ ਕਾਰਪੋਰੇਸ਼ਨ ਨੂੰ ਦੇ ਦਿੱਤਾ ਹੈ ਕਿ ਕਾਰਪੋਰੇਸ਼ਨ ਨੇ ਉਹ ਬਣਾਨੇ ਨੇ ਇੱਕ ਜਗ੍ਹਾ ਮਨੀ ਪੰਚਕੁਲਾ ਦੇ ਨਾਲ ਹੋਰ ਕਨੈਕਸ਼ਨ ਜੋੜਨ ਦੇ ਵਾਸਤੇ ਪਹਿਲਾਂ ਇੱਕ ਰਸਤਾ ਸੀ ਹੁਣ ਤਿੰਨ ਰਸਤੇ ਬਣ ਗਏ ਨੇ ਇੱਕ ਰਸਤਾ ਹੋਰ ਨਿਆ ਵੱਡਾ ਵਧੀਆ ਬਣ ਜਾਏਗਾ ਜਦੋਂ ਇਹ ਅੰਡਰ ਰੇਲਵੇ ਅੰਡਰ ਜਿਹੜਾ ਹੈ ਰੇਲਵੇ ਦੇ نیچے ਰੋਡ ਅੰਡਰ ਬ੍ਰਿਜ ਬਣ ਜਾਏਗਾ ਦੜੂਏ ਦੇ ਕੋਲ ਮੋਲੀ ਜਗਰਾਂ ਵਾਲੇ ਪਾਸੇ ਨੂੰ ਉਹਦੇ ਨਾਲ ਹੋਰ ਬਹੁਤ ਵੱਡਾ ਟ੍ਰੈਫਿਕ ਦਾ ਫਰਕ ਪਏਗਾ ਚੰਡੀਗੜ੍ਹ ਵਿੱਚ ਮੈਟਰੋ ਦੀ ਵੀ ਗੱਲ ਚੱਲ ਰਹੀ ਹੈ ਮੈਟਰੋ ਤੇ ਵੀ ਕੰਮ ਹੋ ਰਿਹਾ ਬਟ ਈ ਦੀਸ ਥਿੰਗਸ ਆ ਰੀਗੇਨ ਇਹ ਨਹੀਂ ਕਿ ਅੱਜ ਆਪਾਂ ਸੋਚਿਆ ਕਿ ਕੱਲ ਨੂੰ ਇੱਥੇ ਕੰਮ ਸ਼ੁਰੂ ਹੋ ਜਾਏਗਾ ਹਾਲੀ ਰਿਪੋਰਟਸ ਮੈਂ ਇਹਦੀ ਹੈ ਕਿ ਉਹ ਜਿਹੜੀ ਰਾਈਟਸ ਨੇ ਇਹਦੀ ਆਪਣੀ ਸਰਵੇ ਵਗੈਰਾ ਕੀਤਾ ਹੈ ਇਹਦੀ ਆਪਣੀ ਉਹਨਾਂ ਨੇ ਸਟੱਡੀ ਰਿਪੋਰਟ ਦੇ ਦਿੱਤੀ ਹੈ ਮੇਰਾ ਖਿਆਲ ਹੈ ਕਿ ਅੱਗੇ ਨੂੰ ਇਸ ਤੇ ਗੱਲ ਹੁੰਦੀ ਰਹੇਗੀ ਇਹ ਤਾਂ ਹੀ ਬਣ ਸਕੇਗੀ ਕਿ ਅਕਰੇ ਦੇ ਵਿੱਚ ਪੰਜਾਬ ਅਤੇ ਹਰਿਆਣਾ ਨਾਲ ਲੱਗਣਗੇ ਦੋਨੋਂ ਸਟੇਟਾਂ ਨੇ ਮੰਨ ਲਿਆ ਤਾਂ ਕਿ ਉਹ ਵੀ ਇਹਦੇ ਨਾਲ ਲੱਗਣਗੇ ਇਕੱਠ ਇੰਟਰਨੈਸ਼ਨਲ 에어ਪੋਰਟ ਦੀ ਸਿਚੁਏਸ਼ਨ ਇੰਟਰਨੈਸ਼ਨਲ 에어ਪੋਰਟ ਬਣ ਚੁੱਕਿਆ ਹੈ ਵੈਸੇ ਪਹਿਲਾਂ ਜਿਹੜਾ ਚੰਡੀਗੜ੍ਹ ਵਾਲਾ ਟਰਮੀਨਲ ਸੀ ਬੜਾ ਵਧੀਆ ਬਣ ਚੁੱਕਿਆ ਸੀ ਪਰ 2 ਸਾਲ ਬਣੇ ਨੂੰ ਹੋ ਗਏ ਸਾਨੂੰ ਚ ਸ਼ੁਰੂ ਨਹੀਂ ਹੋਇਆ ਖੁਸ਼ੀ ਦੀ ਗੱਲ ਇਹ ਹੈ ਕਿ ਕੁਝ ਦਿਨ ਪਹਿਲਾਂ ਹੀ ਉਹ ਡਿਫੈਂਸ ਜਿਹੜਾ ਇਤਰਾਜ਼ ਲਗਾਉਂਦਾ ਸੀ ਡਿਫੈਂਸ ਮਿਨਿਸਟਰੀ ਕਿ ਉਹਦੇ ਵਾਚ ਚਾਰਜ ਨਹੀਂ ਬਤਾਏ ਸਕਦੇ ਉਹ 8 ਵਜੇ ਤੋਂ ਬਾਅਦ ਇੱਥੇ ਰਾਤ ਨੂੰ 8 ਵਜੇ ਤੋਂ ਬਾਅਦ ਟ੍ਰੈਫਿਕ ਹੋਰ ਨਹੀਂ ਚੱਲ ਸਕਦੀ ਜਿਹੜੀ ਸਾਡੀ ਦੂਜੀ ਹੁੰਦੀ ਹੈ ਸਿਵਿਕ ਸਿਵਲ ਸੌਰੀ ਉਹ ਉਹਦੇ ਵਾਸਤੇ ਇਜਾਜ਼ਤ ਮਿਲ ਗਈ ਹੈ ਅੱਗੇ ਨੂੰ ਰਹੂਣ ਰਾਤ ਨੂੰ ਵੀ ਫਲਾਈਟ ਤੇ ਮੈਨੂੰ ਪਤਾ ਲੱਗਿਆ ਕਿ ਇੱਕ ਦੁਬਈ ਵਾਸਤੇ ਫਲਾਈਟ ਉਹਨਾਂ ਨੇ ਮਨਜ਼ੂਰ ਵੀ ਕਰ ਦਿੱਤੀ ਹੈ ਆਉਣ ਵਾਲੇ ਦਿਨਾਂ ਵਿੱਚ ਹੋਰ ਫਲਾਈਟ ਚੱਲਣਗੀਆਂ ਜਿਹਦਾ ਪੂਰਾ ਪੰਜਾਬ ਹਰਿਆਣਾ ਹਿਮਾਚਲ ਚੰਡੀਗੜ੍ਹ ਦੇ ਸਾਰੇ ਇਲਾਕੇ ਨੂੰ ਫਾਇਦਾ ਹੋਏਗਾ ਦਿੱਲੀ ਉਹਨਾਂ ਨੂੰ ਇਹਦੇ ਵਾਸਤੇ ਜਾਣਾ ਨਹੀਂ ਪਏਗਾ ਇੱਕ ਆਮ ਜਿਹੜਾ ਚੰਡੀਗੜ੍ਹ ਵਿੱਚ ਦੇਖਿਆ ਜਾਂਦਾ ਹੈ ਕਿ ਐਡਮਿਨਿਸਟ੍ਰੇਸ਼ਨ ਤੇ ਪੋਲੀਟੀਕਲ ਇੱਕ ਲੌਗਰ ਹੈਡਸ ਤੇ ਰਹਿੰਦੇ ਨੇ ਜਿਹੜੀ ਐਡਮਿਨਿਸਟ੍ਰੇਟਿਵ ਸਾਈਡ ਹੈ ਕਾਉਂਸਲਰਸ ਦਾ ਵੀ ਕੋਈ ਨਾ ਕੋਈ ਝਗੜਾ ਕਾਰਪੋਰੇਸ਼ਨ ਦੇ ਅਫੀਸ਼ੀਅਲਸ ਨਾਲ ਚੱਲ ਰਿਹਾ ਹੈ ਨਾ ਨੋਟ ਨੈਸੈਸਰਲੀ ਔਰ ਤੁਸੀਂ ਵੀ ਕਾਫੀ ਮੀਟਿੰਗਸ ਅਟੈਂਡ ਕਰਦੇ ਸੀ ਵੈਸੇ ਤੁਹਾਨੂੰ ਲੱਗਦਾ ਕਿ ਜਿਹੜਾ ਸਟਰਕਚਰ ਆਫ ਐਡਮਿਨਿਸਟ੍ਰੇਸ਼ਨ ਹੈ ਚੰਡੀਗੜ੍ਹ ਦਾ ਠੀਕ ਹੈ ਜਾਂ ਇੱਥੇ ਇੱਕ ਅਸੈਂਬਲੀ ਆ ਜਾਣੀ ਚਾਹੀਦੀ ਨਹੀਂ ਅਸੈਂਬਲੀ ਤਾਂ ਵਾਇਬਲ ਨਹੀਂ ਹੋ ਸਕਦੀ ਚੰਡੀਗੜ੍ਹ ਸਿਰਫ ਇੱਕ ਸਿਟੀ ਹੈ 10 10 ਕਿਲੋਮੀਟਰ ਬਾਈ 10 ਕਿਲੋਮੀਟਰ ਦੀ ਇਸ ਅਸੈਂਬਲੀ ਇੱਥੇ ਵਾਇਬਲ ਨਹੀਂ ਲੋਕਾਂ ਦੇ ਬਜਟ ਜ਼ਿਆਦਾ ਪਏਗਾ ਖਰਚੇ ਟੈਕਸਿਸ ਲੱਗਣਗੇ ਪਰ ਇੱਥੇ ਲੋਕਾਂ ਦੇ ਕਾਰਪੋਰੇਸ਼ਨ ਨੇ ਜਦੋਂ ਇਹਨ ਉਸ ਹੀ ਹਿਸਾਬ ਨਾਲ ਮੇਰਾ ਪੂਰਾ ਪੱਕਾ ਵਿਸ਼ਵਾਸ ਹੈ ਕਿ ਉਹਨਾਂ ਮੈਂ ਗੱਲ ਤੇ ਹੋਰ ਜ਼ੋਰ ਦੇਵਾਂਗਾ ਕਿ ਇੱਥੇ ਇੱਕ ਮੇਅਰ ਇਨ ਕਾਉਂਸਲ ਸਿਸਟਮ ਬਣਾਉਣਾ ਚਾਹੀਦਾ ਹੈ ਐਡਮਿਨਿਸਟ੍ਰੇਸ਼ਨ ਦੇ ਕੋਲੇ ਫੰਕਸ਼ਨ ਉੱਪਰਲੇ ਵੱਡੇ ਰਹਿਣੇ ਚਾਹੀਦੇ ਨੇ ਲਾਅ ਐਂਡ ਆਰਡਰ ਪੁਲਿਸਿੰਗ ਜਿਹੜੀ ਹੋ ਗਈ ਟਰਸ਼ਰੀ ਹੈਲਥ케ਅ ਜਿਵੇਂ ਵੱਡੇ ਹਸਪਤਾਲ ਹੋ ਗਏ ਹਾਈਰ ਐਜੂਕੇਸ਼ਨ ਕਾਲਜਿਸ ਤੋਂ ਉੱਪਰਲੇ ਨਿਚਲੇ ਸਾਰਾ ਕੁਝ ਇਵਨ ਜਿਹੜਾ ਹੈ ਮਾਸਟਰ پلان ਕorp ਐਡਮਿਨਿਸਟ੍ਰੇਸ਼ਨ ਪਾਸ ਹੋ ਜਾਏ ਪਰ ਜਿਹੜਾ ਨਿਚਲਾ ਨਕਸ਼ਿਆਂ ਦਾ ਕੰਮ ਜਿਹੜਾ ਇੱਥੇ ਰੋਕੀ ਰੱਖਦੇ ਨੇ ਹਰ ਇੱਕ ਚੀਜ਼ ਤੇ ਦਿੱਕਤਾਂ ਲੋਕਾਂ ਨੂੰ ਰਹਿੰਦੀਆਂ ਨੇ ਇਹ ਲੋਕਾਂ ਦੇ ਹਿਸਾਬ ਦੇ ਨਾਲ ਜਿਹੜੇ ਇੱਕ ਰਿਸਪੌਂਸਿਵ ਹੋ ਸਕਦਾ ਹੈ ਉਹ ਚੁਣੇ ਹੋਏ ਨੁਮਾਇੰਦੇ ਹਮੇਸ਼ਾ ਵੱਧ ਹੋ ਸਕਦਾ ਹੈ ਇੱਕ ਬਿਊਰੋਕਰੇਟ ਦੀ ਦੇ ਬਜਾਏ ਇਸ ਕਰਕੇ ਕੁਝ ਅਧਿਕਾਰ ਹੋਰ ਵੱਧ ਕੁਝ ਅਧਿਕਾਰ ਹੁਣ ਪਿੱਛੇ ਜੇ ਕਾਰਪੋਰੇਸ਼ਨ ਨੂੰ ਵਧਾਏ ਨੇ ਗਵਰਨਰ ਨੇ ਹੁਣ ਵਾਲੇ ਗਵਰਨਰ ਸਾਹਿਬ ਨੇ ਅਧਿਕਾਰ ਕੁਝ ਵਧਾਏ ਨੇ ਪਰ ਹੋਰ ਇੱਕ ਚੇਂਜਸ ਕਰਕੇ ਹੀ ਐਕਟ ਦੇ ਵਿੱਚ ਵੱਧ ਅਧਿਕਾਰ ਕਾਰਪੋਰੇਸ਼ਨ ਨੂੰ ਮਿਲਨੇ ਚਾਹੀਦੇ ਨੇ ਮੇਅਰ ਐਂਡ ਜਿਹਦੇ ਵਿੱਚ ਕਾਰਜਕਾਰੀ ਫੰਕਸ਼ਨ ਮੇਅਰ ਨੂੰ ਅਤੇ ਨਾਲ ਤਿੰਨ ਹੋਰ ਕਾਉਂਸਲਰਸ ਕੋਲ ਹੋ ਜਿਨ੍ਹਾਂ ਦੇ ਵਿੱਚ ਪੋਰਟਫੋਲੀਓਜ਼ ਦੇ ਟਾਈਪ ਦੇ ਡਿਪਾਰਟਮੈਂਟਸ ਵੰਡੇ ਹੋਣ ਉਹ ਹੋਣਾ ਜ਼ਰੂਰੀ ਹੈ ਉਹਦੇ ਨਾਲ ਕੁਝ ਹੋਰ ਚੰਡੀਗੜ੍ਹ ਦੀਆਂ ਇੱਕ ਜਿਹੜੀ ਹੈ ਕਿ ਸੈਂਸਿਟਾਈਜ਼ ਹੋ ਸਕੇਗੀ ਜਿਹੜੀ ਕਿ ਪ੍ਰਸ਼ਾਸਨ ਹੈ ਲੋਕਾਂ ਦੇ ਜ਼ਰੂਰਤਾਂ ਦੇ ਪ੍ਰਤੀ ਮੇਰਾ ਲਾਸਟ ਸਵਾਲ ਤੁਸੀਂ 15 ਸਾਲ ਇਕੱਠੇ ਐਮਪੀ ਰਹੇ ਹੋ ਵੈਸੇ ਚਾਰ ਟਰਮਸ ਸਟੋਡੀਆਂ ਨੇ ਐਜ਼ ਮੈਂਬਰ ਪਾਰਲੀਮੈਂਟ ਐਨੀ ਰਿਗਰਟ ਕੋਈ ਰਿਗਰਟ ਹੈ ਮੈਂ ਆਈ ਲੁੱਕ ਫਾਰਵਰਡ ਟੂ ਡੂ ਮੋਰ ਐਂਡ ਮੋਰ ਵਰਕ ਬਹੁਤ ਗੱਲਾਂ ਤੁਸੀਂ ਪਿੱਛੇ ਵੱਲ ਵੇਖੋ ਬਹੁਤ ਕੰਮ ਰਹਿ ਜਾਂਦੇ ਨੇ ਜਿਹੜੇ ਨਹੀਂ ਹੋ ਪਾਉਂਦੇ ਜਿਹੜੇ ਤੁਸੀਂ ਆਪਣੇ ਆਪ ਹੀ ਹੁਣ ਕਿਹਾ ਸੀ ਮੈਂ ਬਲਕਿ ਕੋਦਮ ਕਹਿ ਦਿੱਤਾ ਸੀ ਨਾਟ ਨੈਸੇਸਰੀਲੀ ਕਈ ਵਾਰ ਪਰਸੈਪਸ਼ਨ ਦੇ ਥਾਟਸ ਬੜਾ ਫਰਕ ਰਹਿ ਜਾਂਦਾ ਹੈ ਲੋਕਾਂ ਤੋਂ ਐਕਸਪੈਕਟੇਸ਼ਨ ਹੁੰਦੀ ਹੈ ਹਰ ਇੱਕ ਚੀਜ਼ ਕਿ ਐਮਪੀ ਸਾਰ ਨੂੰ ਚੁਣਿਆ ਹੋਇਆ ਸਾਡਾ ਨੁਮਾਇੰਦਾ ਹੈ ਸਾਡਾ ਸਾਰ ਨੂੰ ਪਾਵਰਫੁਲ ਆਦਮੀ ਉਹ ਹੈ ਸਿਸਟਮ ਦੇ ਵਿੱਚ ਉਹਦੇ ਕੋਲ ਉਹ ਅਧਿਕਾਰ ਨਹੀਂ ਹੁੰਦੇ ਉੱਥੇ ਡਿਫਿਕਲਟੀਜ਼ ਪੈ ਜਾਂਦੀਆਂ ਨੇ ਕਦੇ ਕੋਈ ਬਿਲਕੁਲ ਤਾਨਾਸ਼ਾਹੀ ਵਾਲਾ ਕੋਈ ਆ ਜਾਏ ਜਿਵੇਂ ਕਿ ਮੇਰਾ ਇੱਕ ਝਗੜਾ ਪਹਿਲੇ ਐਡਮਿਨਿਸਟਰेटर ਨਾਲ ਪਹਿਲਾਂ ਕਾਫੀ ਰਿਹਾ ਸੀ ਇਸ ਗੱਲ ਦੇ ਵਿੱਚ ਹੀ ਊਡ ਫੀਲਡ ਦਟ ਹਿਸ ਵਰਡ ਇਜ਼ ਦ ਲਾਸਟ ਵਰਡ ਕਿਸੇ ਤੋਂ ਸੁਣਨ ਦੀ ਲੋੜ ਨਹੀਂ ਉਹਦੇ ਨਾਲ ਝਗੜਾ ਹੁੰਦਾ ਸੀ ਮੈਂ ਸਮਝਦਾ ਸੀ ਮੇਰੀ ਲੋਕਾਂ ਦੇ ਪ੍ਰਤੀ ਜ਼ਿੰਮੇਵਾਰੀ ਹੈ ਲੋਕਾਂ ਨੂੰ ਮੈਂ ਜਵਾਬਦੇਹੀ ਹੈ ਲੋਕ ਮੇਥੋਂ ਚੀਜ਼ਾਂ ਵਾਸਤੇ ਉਮੀਦ ਕਰਦੇ ਨੇ ਮੈਂ ਜਾ ਕੇ ਉੱਥੇ ਗੱਲ ਕਰਦਾ ਸਾਂ ਉਹ ਗੱਲ ਹੁੰਦੀ ਨਹੀਂ ਸੀ ਉਸ ਢੰਗ ਨਾਲ ਤਾਂ ਰਿਗ੍ਰੇਟਸ ਹੋ ਸਕਦੇ ਨੇ ਵੀ ਕਈ ਗੱਲਾਂ ਦੇ ਹੋਵੇ ਵੈਲ ਕੁਝ ਸਮੇਂ ਵਿਅਰਥ ਜਾਂਦਾ ਹੈ ਉਸ ਢੰਗ ਨਾਲ ਪਰ ਫਿਰ ਉਹਦੇ ਨਾਲ ਪ੍ਰੋਸ ਐਂਡ ਕਾਂਸ ਨੂੰ ਜਦੋਂ ਸਾਰਾ ਵੇਖ ਕਰਦੇ ਆ ਹਰ ਇੱਕ ਚੀਜ਼ ਨੂੰ ਵੇਖਦੇ ਆ ਫਿਰ ਅਲਟੀਮੇਟਲੀ ਇਹ ਵੈਲ ਯੂ ਕੈਨ ਲੁੱਕ ਬੈਕ ਟੂ ਦਾ ਪਾਸਟ ਵਿਦ ਅ ਸੈਂਸ ਆਫ ਸੈਟੀਸਫੈਕਸ਼ਨ ਕਿ ਯੂ ਬੀਨ ਏਬਲ ਟੂ ਡੂ ਸਮਥਿੰਗ ਤੁਸੀਂ ਕਿਥੇ ਹੋ ਜਾਂ ਨਹੀਂ ਹੋ ਜਦੋਂ ਕਿਤੇ ਸਵਾਲ ਉੱਠਦਾ ਵੈਲ ਇਫ ਯੂ ਵਰ ਸਮਵੇਅਰ ਹੈਵ ਯੂ ਬੀਨ ਏਬਲ ਟੂ ਮੇਕ ਅ ਡਿਫਰੈਂਸ ਅ ਡਿਫਰੈਂਸ ਆਈ ਥਿੰਕ ਆਈ ਹੈਵ ਬੀਨ ਏਬਲ ਟੂ ਮੇਕ ਅ ਡਿਫਰੈਂਸ ਥੈਂਕ ਯੂ ਮਿਸਟਰ ਬਾਂਸਰ ਖਬਰਾਂ ਦੇ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕੇ ਤੋਂ ਵੀ ਜੁੜੋ आप मिलेंगे फेसबुक असे दिखांगे यूट्यूब फॉलो करो ट्विटर खबर जुड़े रहो दिन रात